ਇਹ ਹੈ ਲਗਭਗ ਇੱਕ ਸਦੀ ਤੋਂ ਮਲੇਰਕੋਟਲਾ ਖੇਤਰ ਨੂੰ ਸਿੱਖਿਅਤ ਕਰ ਰਿਹਾ ਸਰਕਾਰੀ ਕਾਲਜ ਮਲੇਰਕੋਟਲਾ, ਜਿਸ ਨੂੰ ਨਵਾਬ ਮਲੇਰਕੋਟਲਾ ਨੇ ਬੜੇ ਹੀ ਚਾਹ ਅਤੇ ਖੁਸ਼ੀ ਨਾਲ ਬਣਵਾਇਆ ਸੀ, ਜੋ ਅਜੋਕੇ ਵੇਲੇ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਦੋ ਦੋ ਚਾਰ ਚਾਰ ਹੋ ਰਿਹਾ। ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਮੁੰਡੇ ਕੁੜੀਆਂ ਦੇ ਇਸ ਕਾਲਜ ਦੇ ਬਾਹਰ ਸ਼ਰੇਆਮ ਨੌਜਵਾਨ ਮੁੰਡੇ ਕੁੜੀਆਂ ਨੂੰ ਗਲਤ ਸੇਧ ਦਿੰਦਾ ਆ ਪੋਸਟਰ ਲਗਾ ਦਿੱਤਾ ਗਿਆ, ਜਿਸ 'ਤੇ ਸ਼ਹਿਰ ਵਾਸੀਆਂ ਨੇ ਜਦੋਂ ਇਤਰਾਜ਼ ਕੀਤਾ ਤਾਂ ਪਤਾ ਲੱਗਿਆ ਕਿ ਕਾਲਜ ਦੀ ਕੰਧ ਉੱਤੇ ਇਹ ਪੋਸਟਰ ਵੱਡੇ ਅਫਸਰਾਂ ਦੀ ਮਨਜ਼ੂਰੀ ਨਾਲ ਲਗਾਇਆ ਗਿਆ ਸੀ। ਅਮਲ ਕੀਤਾ ਔਰ ਅੱਜ ਇਸ ਐਡਵਰਟਾਈਜ਼ਮੈਂਟ ਨੂੰ ਹਟਾਇਆ ਗਿਆ। ਲੋਕ ਜਿਹੜੇ ਐਡਵਰਟਾਈਜ਼ਮੈਂਟ ਦਾ ਜਿਹਦੇ ਕੋਲ ਕੰਟਰੈਕਟ ਹੈ ਪਹਿਲਾਂ ਤਾਂ ਉਹਨੂੰ ਤਾੜਨਾ ਚਾਹੀਦਾ ਕਿ ਅੱਗੇ ਵਾਸਤੇ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ, ਗਲਤ ਕੰਮ ਹੈ। ਆਪਾਂ ਦੇਖ ਸਕਦੇ ਹਾਂ ਕਿ ਆਪਣੇ ਬੱਚੇ ਪੜ੍ਹਦੇ ਨੇ ਉਰੇ ਔਰ ਪਾਨ ਮਸਾਲੇ ਦੀ ਐਡ ਦੇ ਨਾਲ। ਉੱਧਰ ਸ਼ਹਿਰ ਵਾਸੀਆਂ ਤੋਂ ਮਿਲ ਰਹੀ ਸ਼ਿਕਾਇਤ ਤੋਂ ਬਾਅਦ SDM ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਅਤੇ ਕਾਲਜ ਪ੍ਰਿੰਸੀਪਲ ਡਾਕਟਰ ਪ੍ਰਵੀਨ ਸ਼ਰਮਾ ਮੌਕੇ ਤੇ ਆਏ ਅਤੇ ਮੁੰਡੇ ਕੁੜੀਆਂ ਨੂੰ ਗਲਤ ਸੇਧ ਦਿੰਦਾ ਇਹ ਪੋਸਟਰ ਉਤਰਵਾ ਦਿੱਤਾ। ਗਲਤ ਮੈਸੇਜ ਆਉਂਦਾ ਜੀ ਇਸ ਨਾਲ, ਅਸੀਂ ਕਿੱਥੇ ਤਾਂ ਵਿਦਿਆਰਥੀਆਂ ਨੂੰ ਅਲਰਟ ਕਰ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰਨਾ ਚਾਹੀਦਾ, ਅਤੇ ਇਹ ਐਡਾ ਵੱਡਾ ਲੱਗਿਆ ਇਹ ਸ਼ਨੀਵਾਰ ਤੱਕ, ਸੰਡੇ ਨੂੰ ਇਹ ਸਾਡੀ ਦੀਵਾਰ ਪੇਂਟ ਹੋਈ ਹੈ, ਉਦੋਂ ਤੱਕ ਇੱਥੇ ਕੋਈ ਨਹੀਂ ਸੀ, ਕਿਸੇ ਅਕੈਡਮੀ ਦਾ ਸੀਗਾ ਆਈਲੈਟਸ ਦੀ, ਅਤੇ ਉਹ ਪੋਸਟਰ ਸੀ। ਸਾਨੂੰ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਰਾਤੋਂ ਕੱਲ੍ਹ ਨੂੰ ਰਾਤ ਨੂੰ ਲੱਗਿਆ ਹੋਏਗਾ, ਜਾਂ ਇਹ ਤਾਂ ਹੁਣ ਮੈਂ ਬਾਹਰ ਆ ਕੇ ਪਲਾਨ 'ਤੇ ਦੇਖਿਆ। ਇਹ ਅਸੀਂ ਜ਼ਰੂਰ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹੋ ਜਿਹਾ ਇਹੋ ਨਹੀਂ ਲੱਗਿਆ ਲੱਗਣਾ ਚਾਹੀਦਾ ਪੋਸਟਰ, ਇਹਨੂੰ ਹਟਾ ਦੇਣਾ ਚਾਹੀਦਾ। ਹਾਂਜੀ, ਕਾਲਜ ਦੇ ਬਾਹਰ ਜਿਹੜਾ ਇਹ ਫਲੈਕਸ ਬੋਰਡ ਲੱਗਿਆ ਸੀ, ਇਹ ਇਲੀਗਲ ਲੱਗਿਆ ਸੀਗਾ, ਔਰ ਮੈਂ ਵੈਰੀਫਾਈ ਕਰ ਲਿਆ ਮਿਊਂਸੀਪਲ ਕਮੇਟੀ ਤੋਂ, EO ਤੋਂ, ਅਤੇ ਇਹਨੂੰ ਇਮੀਡੀਏਟਲੀ ਰਿਮੂਵ ਕਰ ਦਿੱਤਾ ਗਿਆ। ਅਤੇ ਜੋ ਵੀ ਯੋਗ ਕਾਰਵਾਈ ਹੈ, ਜਾਂ ਅਗਰ ਕਮੇਟੀ ਵਾਲਾ, ਮੈਂ ਵੈਰੀਫਾਈ ਕਰ ਰਿਹਾ ਕਿ ਹੋਰ ਕਿੰਨੇ ਬੋਰਡ ਆ ਜਿਹੜੇ ਇਹਨਾਂ ਦੀ ਬਿਨਾਂ ਮਨਜ਼ੂਰੀ ਤੋਂ ਲੱਗੇ ਹੋਏ ਆ, ਔਰ ਇਹਨਾਂ ਨੇ ਕਿਉਂ ਨਹੀਂ ਇਸ ਚੀਜ਼ ਨੂੰ ਚੈੱਕ ਕੀਤਾ। ਇਹ ਮਿਊਂਸੀਪਲ ਕਮੇਟੀ ਦਾ EO ਦਾ ਫਰਜ਼ ਬਣਦਾ ਕਿ ਇਸ ਚੀਜ਼ ਨੂੰ ਇਨਸ਼ੋਰ ਕਰਨਾ, ਕਿਉਂਕਿ ਇਹਦਾ ਨਾਲ ਰੈਵਨਿਊ ਲੋਸ ਵੀ ਹੁੰਦਾ ਮਿਊਂਸੀਪਲ ਕਮੇਟੀ ਨੂੰ, ਕਿਉਂਕਿ ਪੈਸੇ ਜਮ੍ਹਾਂ ਨਹੀਂ ਹੁੰਦੇ ਟ੍ਰੈਜਰੀ ਦੇ ਅੰਦਰ, ਖਜ਼ਾਨੇ ਦੇ ਅੰਦਰ, ਅਤੇ ਅਦਰਵਾਈਜ਼ ਵੀ ਇਹ ਇਲੀਗਲ ਐਜ਼ ਪਰ ਮਿਊਂਸੀਪਲ ਐਕਟ ਜਿਹੜਾ। ਹਾਂਜੀ, ਅਸੀਂ ਚਾਹੇ ਮਿਊਂਸੀਪਲ ਕਮੇਟੀ ਦੇ ਕੋਈ ਕਰਮਚਾਰੀ, ਕੋਈ ਆਫੀਸ਼ੀਅਲ ਵਿੱਚ ਦੋਸ਼ੀ ਪਾਇਆ ਗਿਆ, ਮਿਲੀ ਭੁਗਤ ਪਾਈ ਗਈ, ਉਹਦੇ ਖਿਲਾਫ਼ ਕਾਰਵਾਈ ਕਰਾਂਗੇ, ਔਰ ਜਿਹੜਾ ਜਿਸ ਨੇ ਲਗਾਇਆ ਉਹਦੇ ਖਿਲਾਫ਼ ਵੀ ਯੋਗ ਕਾਰਵਾਈ ਕਰਾਂਗੇ। ਸੋ ਹੁਣ ਦੇਖਣਾ ਇਹ ਹੋਏਗਾ ਕਿ ਜਿਸ ਅਫਸਰ ਦੀ ਮਿਲੀ ਭੁਗਤੀ ਨਾਲ ਇਹ ਸਭ ਕੁਝ ਹੋਇਆ, ਕਿ ਉਸ 'ਤੇ SDM ਮਲੇਰਕੋਟਲਾ ਜਾਂ ਕਾਲਜ ਪ੍ਰਸ਼ਾਸਨ ਕੋਈ ਕਾਰਵਾਈ ਦੀ ਸਿਫਾਰਿਸ਼ ਕਰਦਾ ਜਾਂ ਨਹੀਂ। ਹਕੀਕਤ TV ਪੰਜਾਬੀ ਲਈ ਮਲੇਰਕੋਟਲਾ ਤੋਂ ਮੁਨੀਸ਼ ਵਰਮਾ ਦੀ ਰਿਪੋਰਟ।